भाई जी सारे फिर प्यार असी कार में सर ठीक ठाक दोस्तों अज की वीडियो तो बहुत ज़्यादा खास है क्योंकि आप अज पहुँचे होंगे कलरकोट के मेले से है ना। तो भाई जी अपने को गलबात कर देंगे क्योंकि मेला आता बी जी साल से एक बार आना गा करके भाई जी उरे ना टॉप क्वालिटी बकरियां लेके आते हैं भाई जी एक उरे आए हुए ने कितों ने गलबात कर देते बकरियां दिखावे सारिया बी जी कालिया कालिया तो टॉप क्वालिटी बकरियां ने भाई जी को ਬਈ ਅਸੀਂ ਕਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਈ ਜੀ ਬਾ ਵਧੀਆ ਵੀਰ ਜੀ ਤੁਸੀਂ ਦੱਸੋ ਵਧੀਆ ਬਾਈ ਕਿੱਥੋਂ ਆਏ ਹੋ ਬਈ ਆਪਾਂ ਛੰਨਾ ਤੋਂ ਬਈ ਨਾਰਾਇਣਗੜ ਛੰਨਾ ਤੋਂ ਛੰਨਾ ਤੋਂ ਠੀਕ ਹੈ ਬਈ ਉਮਰ ਕਿੰਨੀ ਹੋ ਗਈ ਵੀਰੇ ਆਪਣੀ ਉਮਰ ਬਈ ਹੋ ਗਈ 26 ਸਾਲ ਦੀ 26 ਸਾਲ ਦੀ ਹਾਂਜੀ ਇੱਧਰ ਕਿੰਨਾ ਟਾਈਮ ਹੋ ਗਿਆ ਬੱਕਰੀਆਂ ਮਾਰ ਬੱਕਰੀਆਂ ਜੀ ਬਾਈ ਹੋ ਗਏ ਤਨ 7-8 ਸਾਲ 7-8 ਸਾਲ ਠੀਕ ਹੈ ਪੜਾਈ ਪੜੂਈ ਫਿਰ ਮੱਲਾ ਦਾ ਜਮੀ ਨਹੀਂ ਕਰੀ ਹੋਣੀ ਨਾ ਪੜਾਈ ਕੀਤੀ ਹੈ ਬਾਈ ਕਿੰਨੀ ਕਰੀ ਹੈ ਪੜਾਈ ਬਾ 10ਵੀਂ ਤੱਕ ਪੜ ਕੇ ਬਾਈ ਉਸ ਤੋਂ ਬਾਅਦ ਇਹ ਕੰਮ ਕੀਤਾ ਉਦੋਂ ਦੇ ਹੀ ਕੰਮ ਕਰਤਾ ਕਿਉਂ ਬਾਈ ਸਾਡੇ ਕਾਹ ਤੋਂ ਹੋਈ ਫਿਰ ਬਸ ਬਾਈ ਸ਼ੌਂਕ ਦੀ ਗਈ ਜੀ ਇਦਾਂ ਸ਼ੌਂਕ ਸੀਗਾ ਹਾਂ ਬਾਈ ਠੀਕ ਹੈ ਘਰੇ ਕਿੰਨਾ ਹੈ ਕਿੰਨੇ ਟਾਈਮ ਦਾ ਕੰਮ ਆ ਇਹ ਆਪਣਾ ਘਰ ਦਾ ਦਾ ਬਜ਼ੁਰਗ ਨੇ ਆਪਣੇ ਰੱਖਿਆ ਸੀ ਦਾਦੇ ਨੇ ਬਈ ਅੱਛਾ ਹਾਂ ਜੀ ਠੀਕ ਹੈ ਦੂਜੀ ਤੀਜੀ ਪੀੜ੍ਹੀ ਆ ਗਈ ਹਾਂ ਬਈ ਦੂਜੀ ਤੀਜੀ ਪੀੜ੍ਹੀ ਹੋ ਗਈ ਬਈ ਦੇਖ ਸਕਦੇ ਕਿੰਨੀਆਂ ਬੱਕਰੀਆਂ ਰੱਖਦੇ ਹੋ ਘਰੇ ਕਰਾਂ ਬਈ ਉਹੀ 35-40 35-40 ਸ਼ਾਮ ਦੇ ਕਿੰਨੇ ਜਾਣੇ ਉਹਨਾਂ ਨੂੰ ਸ਼ਾਮ ਦੇ ਦੋ ਜਾਣੇ ਆ ਬਈ ਦੋ ਜਾਣੇ ਆਰਾਮ ਨਾਲ ਸਮਝੇ ਇਹਨੂੰ ਹਾਂ ਬਈ ਠੀਕ ਹੈ ਬਾਹਰ ਚਾਰ ਦਿਓ ਕਿਵੇਂ ਬਾਹਰ ਚਾਰ ਦਿਓ ਬਈ ਬਾਹਰ ਚਾਰ ਦਿਓ ਦਿਖਾ ਬੱਕਰੇ ਦਾ ਲੈਣਾ ਆਪਾਂ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਬਈ ਟੌਪ ਕੁਆਲਿਟੀ ਦੇ ਬੱਕਰੇ ਦਾ ਰਹੇ ਨੇ ਸਾਰੇ ਹਨਾ ਤਾਂ ਬੱਕਰੀ ਦੇ ਸਕਦੇ ਹਾਈਟ ਕਿੰਨੀ ਹੋਊ ਬਈ ਇਹਦੀ ਇਹਦੀ ਹੋਊ ਬਈ 30 ਆ ਘਾਟ ਬਈ ਸਮਾਰ ਕੇ ਨਾ 30 ਹਾਈਟ ਪੁੱਟ ਹੋ ਗਈ ਬਈ ਕੰਨ ਕੋਨ ਦੇਖ ਸਕਦੇ ਹੋ ਇੱਕ ਦੇ ਸਾ ਜਮਾ ਜੈਡ ਬਲੈਕ ਬੱਕਰੀ ਹੈਗੀ ਦੱਸ ਬਈ ਇਹਦੇ ਬਾਰੇ ਹੋਰ ਕੁਝ ਇਹ ਬੱਕਰੀ ਅੱਜ ਲਿੱਤੀ ਆ ਬਈ ਮੇਲੇ ਚ ਆਪਾਂ ਨੇ ਅੱਜ ਲਈ ਆ ਬੱਕਰੀ ਰੋ ਲੈ ਵੀ ਅੱਜ ਲਈ ਆ ਬੱਕਰੀ ਹਨਾ ਦੇਖ ਸਕਦੇ ਹੋ ਹਾਈਟ 30 ਇੰਚ ਆ ਬਈ ਗੱਬਲ ਗੁੱਬਣ ਹੈਗੀ ਹੈਗੀ ਨਹੀਂ ਬਈ ਅਜੇ ਨਹੀਂ ਗੱਬਣ ਅਜੇ ਗੱਬਣ ਨਹੀਂ ਹੈਗੀ ਹੈ ਘਰ ਦੇ ਸਾਈਡ ਤੇ ਨਾ ਘਰ ਦੀਆਂ ਬੱਕਰੀਆਂ ਦਿਖਾ ਆਪਣੀਆਂ ਜਿਹੜੇ ਘਰ ਦੀਆਂ ਬੱਕਰੀਆਂ ਹਨਾ ਆ ਲੈ ਲੈ ਬਈ ਕੱਲੀ ਕੱਲੀ ਕਰਕੇ ਲੈ ਵੀ ਇਹ ਲੋਹੀ ਆ ਗਈ ਪੱਕੀ ਲੋਹੀ ਆ ਗਈ ਪੱਕੀ ਲੋਹੀ ਹੈ ਨਾ ਕੰਨ ਕੁਣ ਦੇ ਸਕਦੇ ਵੀ ਬਰੀਕ ਜਿਹਾ ਸਿੰਗ ਆ ਹਨਾ ਹਾਂ ਬਈ ਇਹਦੇ ਮੋਟਾ ਸਿੰਗ ਨਹੀਂ ਹੈਗਾ ਇਹਦੋਂ ਕਿੰਨੇ ਸੂਏ ਲੈਂਦੇ ਬਈ ਇਹਦਾ ਪੇਪਰ ਇੱਕੋ ਸੂਆ ਲਿਆ ਬਈ ਦੁੱਧ ਕਿੰਨਾ ਕ ਆਪਣੀ ਬੱਕਰੀਆਂ ਥੱਲੇ ਦੁੱਧ ਬਾਈ ਹੁਣ ਤਨ ਆਪਾਂ ਫਲੋਨਾ ਥੱਲੇ ਦਾ ਉਹੀ ਹੱਦ 1.5-2 ਕਿਲੋ ਬਸ ਇਹ ਤੋਂ ਉੱਪਰ ਦਾ ਪੱਕੀ ਬੱਕਰੀ ਕਿੰਨਾ ਕੱਢ ਦਿੰਦੀ ਆਪਣੀ ਦੁੱਧ ਪੱਕੀ ਬਾਈ ਉਹੀ 4 ਲੀਟਰ ਤੱਕ 4 ਲੀਟਰ ਤੱਕ ਹਨਾ ਠੀਕ ਹੈ ਜਾਇਜ਼ ਜਾਂ ਜਿੰਨਾ ਇਹਨਾਂ ਨੇ ਕਿਹਾ ਹੈਗਾ ਠੀਕ ਹੈ ਲੈ ਬਾਹਰ ਹੀ ਚਾਹੀਦਾ ਵੀ ਹਾਈਟ ਹੈਗੀ ਹੈ 37.5-37 ਹਾਈਟ ਆ ਬਾਈ ਦੇਖ ਸਕਦੇ ਹੋ ਨਾ ਘਰ ਦੇ ਵੇ ਸਾਈਡ ਤੇ ਕਾਲੀ ਕਾਲੀ ਦਿਖਾਈ ਚੱਲੋ ਵੀ ਗਰਮੀ ਬਹੁਤ ਜ਼ਿਆਦਾ ਹੈਗੀ ਕਰਦਿਆ ਕਰ ਪੁੱਤ ਸਾਈਡ ਤੇ ਲੈ ਵੀ ਦੱਸੋ ਬਾਈ ਇਹਦੀ ਲੈਂਥ ਦੇਖੋ ਬੱਕਰੀ ਦੀ ਬਾਈ ਦੱਸ ਬਾਈ ਇਹਦੇ ਬਾਰੇ ਫੜੀ ਇਹ ਵੀ ਫਲੋਣਿਆ ਬਾਈ ਫਲੋਣ ਪੱਠਾ ਬਾਈ 37-38 ਇੰਚ ਹਾਈਟ ਆ ਹਨਾ ਹਾਂ ਬਾਈ ਦੱਸ ਬਾਈ ਇਹਦੇ ਬਾਰੇ ਹੋਰ ਕੁਝ ਬਾਈ ਆ ਦੇਖ ਲਓ ਤੁਹਾਡੇ ਸਾਹਮਣੇ ਆ ਇਹ ਦੋ ਦੰਦੇ ਹੋਈ ਜਾਣੇ ਤੂੰ ਇਹ ਹਾਂ ਦੋ ਚਾਰ ਹੋ ਗਈ ਬਾਬਾ ਇਹ ਹਾਂ ਇਹ ਵੀ ਫਲੋਣੇ ਆ ਬਾਈ ਬਾਲ ਦੇਖੋ ਨਾ ਜਮੀ ਨਹੀਂ ਹੈਗੇ ਯਾਰ ਪਿੱਛੇ ਵੀ ਨਹੀਂ ਹੈਗੇ ਪਤਲੀ ਚਮੜੀ ਦੀ ਆ ਬਾਈ ਪਤਲੀ ਚਮੜੀ ਦੀ ਬਾਈ ਹਨਾ ਦੇਖ ਸਕਦੇ ਹਨਾ ਸ਼ਾਈਨਿੰਗ ਬਹੁਤ ਆ ਗਈ ਖਵਾਉਣੇ ਕੀ ਆ ਬਾਈ ਹੋਰ ਇਹਨਾਂ ਨੂੰ ਅਸੀਂ ਬਸ ਬਾਈ ਆਹੀ ਜਾਂ ਦਾਣਾ ਫੱਕਾ ਜਾਂ ਨੂੰ ਜਾਂ ਦਰਖਤ ਬਸ ਬਾਹਰੇ ਜੋ ਗਏ ਹੋਣੇ ਹੋਰ ਕੁਝ ਨਹੀਂ ਹੈ ਨਾ ਨਾ ਬਾਈ ਹੋਰ ਲੈ ਵੀ ਨਾ ਦੇਖੋ ਬਰੀਕ ਜੇ ਸਿੰਗਾਂ ਦੇ ਬਾਈ ਕੰਨ ਕੋਨ ਦਿਖਾ ਦੇ ਬਾਈ ਪਿੱਛੇ ਹੋ ਜਾਓ ਬਾਈ ਅੱਗੇ ਅੱਗੇ ਨਾ ਹੀ ਚੱਲੋ ਨਾ ਲੈ ਵੀ ਕਰੀ ਚੱਲੋ ਬੱਕਰੀਆਂ ਪਿੱਛੇ ਲੈ ਵੀ ਫੜੀ ਦੱਸ ਬਾਈ ਇਹਦੇ ਬਾਰੇ ਇਹ ਦੂਏ ਸੂਏ ਸੂਈ ਹੈ ਇਹ ਦੂਜੇ ਸੂਈ ਆ ਬਾਈ ਲੈ ਵੀ ਦੂਜੇ ਸੂਏ ਸੂਈ ਆ ਬੱਕਰੀ 37 ਇੰਚ ਹਾਈਟ ਦੀ ਹੈਗੀ ਬੱਚੇ ਦੋ ਆ ਗਏ ਸੀਗੇ ਹਾਂਜੀ ਹਾਂ ਬਾਈ ਦੋ ਬੱਚੇ ਆ ਗਏ ਸੀ ਬਾਈ ਹਨਾ ਦੇਖ ਸਕਦੇ ਹੋ ਹੋਰ ਕੁਝ ਇਹਦੇ ਬਾਰੇ ਬਾਈ ਮਹੀਨੇ ਦੀ ਗੱਪਣਾ ਛੱਡ ਜਾ ਆ ਬਾਈ ਨਾਲ ਗੱਲਬਾਤ ਕਰਦੇ ਆ ਦੱਸ ਬਾਈ ਤੂੰ ਤੂੰ ਦੱਸ ਇਹ 1.5 ਮਹੀਨੇ ਦੀ ਗੱਬਣ ਹੈ ਜੀ 1.5 ਮਹੀਨੇ ਦੀ ਹੁਣ ਗੱਬਣ ਆ ਦਵਾਇਆ ਹੈ ਦੂਜੇ ਸੂਏ ਸੂਈ ਹੈ ਜੀ ਦੂਜੇ ਸੂਏ ਸੂਈ ਹੈ 1.5 ਮਹੀਨੇ ਦੀ ਗੱਬਣ ਆ ਗਈ ਘੁਮਾ ਕੇ ਦਿਖਾਈ ਬਾਈ ਇਹ ਵੀ ਘੁਮਾ ਕੇ ਦਿਖਾ ਦੇ ਬਾਈ ਦੇਖ ਸਕਦੇ ਹੋ ਬੱਕਰੀ ਨੂੰ ਹੋਰ ਫੜ ਲਓ ਬਾਈ ਆ ਲੋਹੀ ਫੜ ਲਓ ਪਿੱਛੇ ਕਰ ਪਿੱਛੇ 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 ਆ ਲੈ ਵੀ ਫੜੀ ਅੱਗੇ ਕਰੀ ਦਿਖਾ ਬੱਕਰੀ ਦਿਖਾ ਕੈਮਰੇ ਸਮਾਰ ਕੇ ਲੈ ਵੀ ਬੱਕਰੀ ਦੇਖ ਸਕਦੇ ਹੋ ਨਾ ਮਹੰਤਾ ਜੀ ਅੱਛਾ ਮਹੰਤਾ ਲੈ ਮਹੰਤ ਬੱਕਰੀ ਹੈਗੀ ਰੱਖੀ ਹੋਈ ਹੈ ਤਾਂ ਹਾਂਜੀ ਹਾਂਜੀ ਮਾਲ ਚ ਜਿੱਦਾਂ ਛੱਡੀ ਹੋਈ ਹੈ ਜੀ ਲੈ ਮਾਂ ਛੱਡੀ ਹੋਈ ਲੈ ਮਹੰਤ ਬੱਕਰੀ ਹੈਗੀ ਇਹ ਆਪਣੇ ਘਰੀ ਆਈ ਸੀ ਹਾਂਜੀ ਹਾਂਜੀ ਬੱਕਰੀ ਦੇ ਵਿੱਚ ਆ ਜਾਂਦੇ ਨੇ ਕਿੰਨੇ ਕ ਆ ਜਾਂਦੇ ਨੇ ਬਈ ਮਹੰਤ ਮਹੰਤ ਤਾਂ ਕੋਈ ਹੋ ਜਾਂਦਾ ਜੀ 100 ਚੋਂ ਇੱਕ ਹੀ 100 ਚੋਂ ਇੱਕ ਅੱਧਾ ਹੀ ਜਾਂਦਾ ਹਾਂਜੀ ਲੈ ਵੀ 100 ਚੋਂ ਇੱਕ ਅੱਧਾ ਹੀ ਜਾਂਦਾ ਬਈ ਕਹਿੰਦਾ ਘਰ ਦੋ ਸਾਈਡ ਤੇ ਲੈ ਤਾਂ ਮਹੰਤਾ ਵਿਚਾਰਾ ਨਾ ਹੋਰ ਫੜ ਲਓ ਜੀ ਕਪਾਠਾ ਵੀਰੇ ਭਲੋਣ ਕਾ ਪਲੂਣ ਸੂਈ ਹੈ ਜੀ ਇਹ ਪਲੂਣ ਸੂਈ ਪੱਟ ਹੈ ਨਾ ਦੱਸ ਬਈ ਇਹਦੇ ਬਾਰੇ ਇਹ ਬਹੁਤ ਚੰਗੀ ਪੱਟ ਹੈ ਜੀ ਤਾਂ ਦਿਖਾਈ ਬਈ ਕਮਾ ਕੇ ਦਿਖਾਇਆ ਸਮਾਰ ਕੈਮਰੇ ਮੂਰੇ ਪਿੱਛੇ ਹੋ ਜਾ ਪਿੱਛੇ ਮਾੜਾ ਜਿਹਾ ਪਿੱਛੇ ਹੋ ਜਾ ਲੈ ਬਈ ਪਲੂਣ ਪੱਟ ਹੈ ਬਈ ਦੁੱਧ ਕਿੰਨਾ ਕੋ ਥੱਲੇ ਦੁੱਧ ਤਾਂ ਹੋਣਾ ਜੀ 3 ਕਿਲੋ ਦੇ ਲੱਗਭਗ ਵੀ 3 ਕਿਲੋ ਦੋਨੇ ਡੰਗਾ ਦਾ ਹਾਂਜੀ ਹਾਂਜੀ ਦੋਨੇ ਡੰਗਾ 3 ਕਿਲੋ ਦੁੱਧ ਆ ਨਾ ਹਾਂਜੀ ਹੋਰ ਲਿਆਓ ਬਈ ਬੱਕਰੀ ਮਗਦੀ ਵਾਰ ਆਇਆ ਪਰ ਉਰੇ ਆਇਆ ਬੂਟੇ ਅੱਗੇ ਆ ਜਾ ਬਾਲੀ ਦੂਰ ਨਾ ਜਾਓ ਬਈ ਨਾ ਦੇਖ ਲੈ ਵੀ ਆ ਦੇਖ ਸਕਦੇ ਹੋ ਇਹ ਨਾਗਰੀ ਆ ਗਈ ਹਾਂਜੀ ਹਾਂਜੀ ਲੈ ਵੀ ਇਹ ਨਾਗਰੀ ਆ ਗਈ ਦੇਖ ਸਕਦੇ ਹੋਗੇ ਸੋਹਣੀ ਬੱਕਰੀ ਆ ਨਾ ਕਿੰਨੇ ਸੂਏ ਲੈ ਲੈ ਬਈ ਇਹ ਤੋਂ ਇਹ ਤੇ ਵੀ ਦੂਜੇ ਸੂਏ ਜੀ ਲੈ ਵੀ ਦੂਜੇ ਸੂਏ ਸੂਏ ਆ ਕੰਨ ਦੇਖ ਸਕਦਾ ਪਤਲੇ ਜੇ ਕੰਨ ਨੇ ਹਨਾ ਹਾਂਜੀ ਹਾਂਜੀ ਦੇਖ ਸਕਦੇ ਬਈ ਬਰੀਕ ਬਰੀਕ ਜੇ ਸਿੰਗ ਨੇ ਬਈ
ਦੂਜੇ ਸੂਏ ਸੂਏ ਕਿ ਬੱਚੇ ਕਿੰਨੇ ਆ ਗਏ ਸੀ ਦੋ ਬੱਚੇ ਜੀ ਦੋ ਬੱਚੇ ਆ ਗਏ ਸੀ ਬਈ ਨਾ ਹਾਂਜੀ ਹਾਂਜੀ ਲੈ ਵੀ ਘਰ ਦੇ ਸਾਈਡ ਤੇ ਬਈ ਹੋਰ ਫੜ ਲਓ ਬਈ ਮਗਰ ਦੀ ਮਗਰ ਆ ਦੇਖੋ ਜੀ ਬੱਕਰਾ ਦੇਖੋ ਭਾਈ ਟੁੱਗਾ ਹੀ ਹੋਇਆ ਵੀਰੇ ਦੋ ਦੰਦ ਹੋਇਆ ਬਲੇ ਵੀ ਦੋ ਦੰਦ ਬੱਚਾ ਹੈਗਾ ਦੇਖ ਸਕਦੇ ਹੋ ਬੱਕਰਾ ਕਰ ਦੋ ਸਾਈਡ ਤੇ ਹੋਰ ਕੀ ਦਿਖਾਓਗੇ ਬਾਈ ਹੁਣ ਇੱਕ ਆਹ ਵੱਡਾ ਬੱਕਰਾ ਦਿਖਾਓ ਆਪਣਾ ਆਹ ਤਾਂ ਲਿਆਓ ਕੋਈ ਬੱਕਰੀ ਲਿਆਓ ਲੈ ਉਸ ਤੋਂ ਬਾਅਦ ਵੱਡਾ ਬੱਕਰਾ ਦਿਖਾਵਾਂਗੇ ਦੱਸ ਬਈਏ ਦੂਜੇ ਸੂਏ ਹਾਂਜੀ ਲੈ ਇਹ ਵੀ ਦੂਜੇ ਸੂਏ ਸੂਈ ਆ ਬੱਕਰੀ ਬਈ ਚੈੱਕ ਕਰੋ ਕੁਆਲਿਟੀ ਹਨਾ ਹਾਂਜੀ ਨੱਕ ਨਕੌੜੇ ਦੀ ਵਧੀਆ ਬਾਈ ਬੱਕਰੀ ਹਨਾ ਸੋਹਣੀਆਂ ਬੱਕਰੀਆਂ ਰੱਖਦੇ ਨੇ ਬਾਈ ਦੇਖ ਸਕਦੇ ਨੇ ਹਾਂ ਕਰੀ ਬਾਈ ਸਾਈਡ ਤੇ ਲੈ ਵੀ ਇਹ ਲੋਹੀ ਆ ਗਈ ਹਾਂਜੀ ਇਹ ਲੋਹੀ ਪੱਕੀ ਆ ਗਈ ਇਧਰ ਆਜ ਪੁੱਤ ਪਿੱਛੇ ਆ ਜਾ ਮਾਂ ਨੇ ਨਾ ਇਧਰ ਬੈ ਦੱਸ ਬਾਈ ਇਹਦੇ ਬਾਰੇ ਪੱਕੀ ਲੋਹੀ ਆ ਗਈ ਬਾਈ ਤੀਜੇ ਸੂਈਏ ਇਹ ਤੀਜੇ ਸੂਈਏ ਜੀ ਇਹ ਤੀਜੇ ਸੂਏ ਸੂਈ ਆ ਬਾਈ ਹਾਂਜੀ ਇਹਦੀ ਬੱਕਰੀ ਆ ਬਾਈ ਹਾਂਜੀ ਲੈ ਵੀ ਫਿਰ ਉਹ ਬਾਈ ਨਾਲ ਗੱਲਬਾਤ ਕਰਦੇ ਹਾਂ ਹਾਂ ਬਾਈ ਕੀ ਹਾਲ ਚਾਲ ਨੇ ਵਧੀਆ ਵੀਰ ਜੀ ਠੀਕ ਠਾਕ ਦੱਸ ਬਾਈ ਇਹਦੇ ਬਾਰੇ ਬੱਕਰੀ ਵੀਰੇ ਦੂਏ ਸੂਏ ਸੂਈ ਆ ਹਾਂ ਠੀਕ ਆ ਠੀਕ ਆ ਹਾਂ ਲੈ ਵੀ ਦੂਜੇ ਸੂਏ ਸੂਈ ਆ ਬੱਕਰੀ ਵੀ ਬੱਚੇ ਦੋ ਆ ਗਏ ਸੀ ਨਾ ਬੱਚਾ ਨੇ ਇੱਕ ਦਿੱਤਾ ਬੱਚਾ ਇੱਕ ਦਿੱਤਾ ਦੁੱਧ ਕਿੰਨਾ ਗਿਆ ਥੱਲੇ ਦੁੱਧ ਵੀਰੇ ਥੱਲੇ ਹੋਊਗਾ 6 ਲੀਟਰ ਦੋਏ ਟਾਈਮ ਅਸੀਂ ਅੱਲੇ ਬਾਅਦ ਦਿਖਾ ਫਿਰ ਇਹਦਾ ਬਾਈ ਬਾਈ ਕਹਿੰਦਾ ਦੋਏ ਡੰਗਾਂ ਦਾ 6 ਲੀਟਰ ਦੁੱਧ ਹੋਊਗਾ ਬਾਈ ਬੀਨ ਵਰਗੇ ਥਣ ਨੇ ਬਾਈ ਦੇਖ ਸਕਦੇ ਹੋ ਨਾ ਥਣ ਚੰਗੇ ਨੇ ਬਾਈ ਹਨਾ ਬੱਚੇ ਬੁੱਚੇ ਚੰਗੇ ਰਜਾਉਂਦੀ ਆ ਬਾਈ ਦੇਖ ਸਕਦੇ ਹੋਗੇ ਦੂਜੇ ਵੀਰੇ ਚਾਹ ਰਾਤ ਕਰੀ ਆ ਸਾਰੇ ਨਵੀਆਂ ਬੱਕਰੀ ਰੱਖਦੇ ਠੀਕ ਆ ਵੱਡੀਆਂ ਬੱਕਰੀਆਂ ਦਾ ਬਾਈ ਕਿਵੇਂ ਕਰਦੇ ਫਿਰ ਵੱਡੀਆਂ ਬੱਕਰੀਆਂ ਜਿਵੇਂ ਹੁਣ ਕਸਾ ਜਾਂਦੀਆਂ ਨੇ ਠੀਕ ਆ ਵੇਚ ਦਿੰਦੇ ਆ ਵੇਚ ਦਿੰਦੇ ਹੋ ਉਹ ਰੱਖਦੀ ਨੀ ਹੈਗੇ ਨੇਵਣੇ ਨੇ ਸਲਾਰੂ ਨੇ ਜਿਹੜੇ ਸਾਡੇ ਲਈ ਤਾਂ ਜੰਮਦੀ ਕਾ ਲੈਨੇ ਆ ਜੰਮਦੀ ਪੱਠਾ ਰੱਖ ਲੈਨੇ ਆ ਪੱਠਾ ਰੱਖ ਲੈਨੇ ਆ ਲੈ ਵੀ ਪੱਠਾ ਪੱਠਾ ਪਾਲਦੇ ਨੇ ਬਈ ਹਨਾ ਲੈ ਵੀ ਤੁਹਾਨੂੰ ਇੱਕ ਬੱਕਰਾ ਦਿਖਾਉਣੇ ਆ ਬਸ ਫਰੈਂਡ ਕਰ ਦਿਆਂਗੇ ਸਰ ਜੀ ਇੱਕ ਲੈ ਵੀ ਦੱਸ ਬਈ ਕਿਹਦਾ ਬਈ ਇਹ ਬੱਕਰਾ ਇਹ ਪਤਾ ਠੀਕ ਆ ਦਿਖਾ ਬਈ ਬੱਕਰਾ ਸਮਾਰ ਕੇ ਘੁਮਾ ਕੇ ਦਿਖਾ ਦੇ ਬੱਕਰਾ ਦਿਖਾ ਦੋ ਬਈ ਹਾਈਟ ਦੇ ਹਾਈਟ ਕਿੰਨੀ ਹੋਊ ਬਈ ਇੱਥੇ ਖੜ ਜਾ ਹਾਈਟ ਵੀਰੇ ਦੀ ਹੈਗੀ ਆ 45 ਇੰਚ 45 ਇੰਚ ਹਾਈਟ ਆ ਗਈ ਮੋੜ ਲੈ ਮੋੜ ਲੈ ਮੋੜ ਲੈ ਪੂਰਾ ਸਾਡੇ ਦਾ ਬਦਮਾਸ਼ਾ ਵਾਂਗਾ ਬਦਮਾਸ਼ਾ ਸਹੀ ਗੱਲ ਆ ਵੇ ਨਾ ਸਹੀ ਗੱਲ ਆ ਬਈ ਸਾਨ ਵਰਗੇ ਪੈਰ ਨੇ ਮੋٹے ਮੋٹے ਹਨ ਪੈਰ ਦਿਖਾ ਦੇ ਮੇਰੇ ਤੋਂ ਲੱਗ ਲਾ ਆਪਾਂ ਮੇਲੇ ਕਿਤੇ ਲੈ ਕੇ ਨਹੀਂ ਜਾਂਦੇ ਕਿਉਂਕਿ ਜਿਵੇਂ ਫੁੱਲ ਵਾਲਾ ਹੁੰਦਾ ਜਾਂ ਕੋਰ ਹੁੰਦਾ ਅੱਗੇ ਲੈ ਬਈ ਆਪਾਂ ਕਿਤੇ ਪਾਕਣ ਪਾਉਣੀ ਨਹੀਂ ਹੈਗਾ ਬੱਕਰੇ ਪੈਰ ਦੇਖੋ ਬਈ ਪੈਰ ਦਿਖਾ ਦੇ ਬਈ ਦੇਖ ਸਕਦੇ ਪੈਰ ਮੋٹے ਮੋٹے ਪੈਰ ਨੇ ਬਈ ਮੋਟੀ ਹੱਡੀ ਦਾ ਬੱਕਰਾ ਹਨਾ ਦੰਦ ਕਿੰਨੇ ਹੋ ਗਿਆ ਬਈ ਇਹ 8 ਦੰਦ ਆ ਠੀਕ ਆ ਕੁਆਂਟਲ ਤੋਂ ਮਲਾ ਦਾ ਪਾਰ ਹੋ ਬੱਕਰਾ ਯਾਰ ਸਾਂ ਬਹੁਤ ਆ ਵੀ ਸਾਂ ਬਹੁਤ ਆ ਪਤਾ ਕੀ ਆ ਅੱਛਾ 2 ਕਿਲੋ ਦੁੱਧ ਨੇ ਸਵੇਰੇ ਪੀਣਾ 2 ਕਿਲੋ ਆ ਸ਼ਾਮ ਨੂੰ ਪੀਣਾ 4 ਕਿਲੋ ਕੱਲੀ ਪੀ ਜਾਂਦਾ ਲੈ ਵੀ 4 ਕਿਲੋ ਦੁੱਧ ਪੀ ਜਾਂਦਾ ਬਾਈ ਦੇਖ ਸਕਦੇ ਹੋਗੇ ਦੰਦ ਕਿੰਨੇ ਹੋ ਗਏ 8 ਹੋ ਗਏ ਦੰਦ ਆ ਵੀਰੇ ਕਿੰਨੇ ਸਾਲ ਦਾ ਹੋ ਗਿਆ ਇਹ ਹੋ ਗਿਆ 3.5 ਸਾਲ ਦਾ 3.5 ਸਾਲ ਲੈ ਵੀ 3.5 ਸਾਲ ਦਾ ਹੋ ਗਿਆ ਦੁਬਾਰੇ ਫੇਰ ਦਿਖਾ ਦੇ ਬਾਈ ਦੇਖ ਸਕਦੇ ਛੋਟੇ ਵਰਗਾ ਬੱਕਰਾ ਹੈਗਾ ਹੈਵੀ weight ਆ ਪੂਰਾ ਬੱਚੇ ਕਹੇ ਜਾਂਦੇ ਨੇ ਬਈ ਇਹਦੇ ਬੱਚੇ ਵੀਰੇ ਆ ਕੇ ਤੈਨੂੰ ਪੱਠ ਦਿਖਾਵਾਂ ਹਾਂ ਲਿਆ ਲਿਆ ਦੀ ਪੱਠ ਦਿਖਾ ਆ ਜਾ ਮੋੜ ਲਿਆ ਮੋੜ ਲਿਆ ਆ ਇੱਧਰ ਹੀ ਆ ਜਾ ਮਾੜਾ ਵਿੱਚ ਨੂੰ ਆ ਜਾ ਆਇਆ ਬਾਈ ਬਾਈ ਹੋਏ ਸਾਈਡ ਤੇ ਮਾਣਾ ਤੁਸੀਂ ਸਾਈਡ ਤੇ ਹੋ ਜਾ ਕਰੋ ਬਾਈ ਬਣ ਕੇ ਬਾਈ ਹੋਏ ਸਾਈਡ ਤੇ ਲੈ ਵੀ ਆਹ ਦੇਖ ਸਕਦੇ ਉਹਦੀ ਪੱਠ ਇਹ ਕਿੰਨੇ ਦੰਦ ਹੋ ਗਈ ਇਹ ਚੌਗੀ ਆ ਜੀ ਲੈ ਵੀ ਚੌਗੀ ਆ ਗਈ ਉਹਦੀ ਬੱਕਰੀ ਆ ਹੈਨਾ ਲੈ ਵੀ ਦੇਖ ਸਕਦੇ ਇਦਾਂ ਦੀ ਕੁਆਲਿਟੀ ਕੱਢਦਾ ਬਾਈ ਚੰਗੀ ਕੁਆਲਿਟੀ ਦੇ ਬੱਚੇ ਆਉਂਦੇ ਕਰੀ ਬਾਈ ਸਾਈਡ ਤੇ ਲੈ ਵੀ ਇਦਾਂ ਦੇ ਬੱਚੇ ਆਉਂਦੇ ਨੇ ਆਪ ਰੰਗ ਹੋਰ ਆਗਾ ਕੱਢਦਾ ਹੋਰ ਰੰਗ ਗੱਲ ਕੀ ਹੈ ਮਾਮਾ ਕਾਲੀਆਂ ਦੀ ਅੱਛਾ ਮਾਮਾ ਕਾਲੀਆਂ ਦੇ ਮਾਮਾ ਤੇ ਆ ਜਾਂਦੇ ਨੇ ਹੱਡ ਪੈਰ ਬਾਪ ਮਾਂਗ ਖੁੱਲੇ ਨੇ ਅੱਛਾ ਹੱਡ ਪੈਰ ਖੁੱਲੇ ਨੇ ਸਹੀ ਗੱਲ ਆ ਨਾ ਦੇਖ ਸਕਦੇ ਵੀ ਮੋٹے ਮੋٹے ਪੈਰਾਂ ਦੀਆਂ ਨੇ ਇਹ ਵੀ ਹਨਾ ਦੇਖ ਸਕਦੇ ਚਲੋ ਠੀਕ ਆ ਬਾਈ ਜੀ ਪਿੰਡ ਕਿਹੜਾ ਆਪਣਾ ਇੱਕ ਹੋਰ ਦਿਖਾਓਗੇ ਲੈ ਵੀ ਨਾ ਨਾ ਲੈ ਵੀ ਦੱਸ ਬਈ ਇਹਦੇ ਬਾਰੇ ਖੀਰੀ ਪੱਠ ਆ ਜੀ ਖੀਰੀ ਪੱਠ ਆ ਬਈ ਹਨਾ ਸੋਹਣੀ ਆ ਬਈ ਦੇਖ ਸਕਦੇ ਪੂਰੇ ਕਿੰਨੇ ਮਹੀਨੇ ਦੀ ਹੋ ਗਈ ਇਹ ਹੈਗੀ 8 ਮਹੀਨੇ ਦੀ ਉਸੇ ਦੀ ਇਹ ਲੈ ਵੀ 8 ਮਹੀਨੇ ਦੇ ਖੀਰੀ ਪੱਠ ਆ ਬਈ ਦੇਖ ਸਕਦੇ ਹੋ ਨਾ ਕੀ ਦਿਖਾਉਣਾ ਹੋਰ ਬਈ ਹੁਣ ਆ ਬੂਰ ਕੰਨਾ ਵੀ ਦੇਖੋ ਇੱਕ ਦਿਖਾ ਦੇ ਬਸ ਆਹੀ ਮੈਨੂੰ ਦੱਸ ਬਈ ਫੜ ਫੜ ਇਹਨੂੰ ਤੁਸੀਂ ਸਾਹਮੋ ਬਈ ਇਹ ਉਸੇ ਦੀ ਹੈ ਛੁੱਟੀ ਛੱਡ ਦੇ ਹਾਂ ਇਹ ਉਹਦਾ ਤਾਂ ਨਹੀਂ ਹੈਗਾ ਕੋਲ ਉਹਦਾ ਨਹੀਂ ਹੈਗਾ ਲੈ ਵੀ ਘਰ ਬਣਾ ਲੈ ਵੀ ਇਹ ਅੱਗੇ ਪਾਲ ਰਹੇ ਹੋਣਾ ਹਾਂ ਦੰਦ ਕਿੰਨੇ ਹੋ ਗਿਆ ਬਈ ਇਹ ਹੈਗਾ ਚੌਗਾ ਲੈ ਵੀ ਚੌਗਾ ਹੋ ਗਿਆ ਨਾ ਦੇਖ ਸਕਦੇ ਹੋ ਚੰਗੀ ਕੁਆਲਿਟੀ ਲੈ ਵੀ ਦੇਖ ਸਕਦੇ ਹੋ ਦੱਸ ਇਹਦੇ ਬਾਰੇ ਹੋਰ ਇਹਦੀ ਵੀ ਟੁੰਮੇ ਕੱਢਦਾ ਹੈ ਕਿਵੇਂ
ਜਾ ਕੇ ਪੱਠਾ ਸੂਟੀਆਂ ਨੇ ਜਿਹੜੀਆਂ ਤਸਵੀਰਾਂ ਹੀ ਨੇ ਗੱਡੀ ਛੋਟੀ ਦੀ ਪੱਠਾ ਪਾਈ ਨਹੀਂ ਠੀਕ ਆ ਚਲਾ ਕੇ ਨੰਬਰ ਬੋਲ ਦੇ ਫਿਰ ਆਪਣਾ 97695 4942 ਠੀਕ ਹੈ ਦੁਬਾਰੇ ਫਿਰ ਬੋਲ ਦੇ 97695 4942 ਇੱਕ ਆਪਣਾ ਨੰਬਰ ਬੋਲ ਦਿਓ ਬਾਈ ਨੰਬਰ ਹੈਗਾ 98774044476 ਦੁਬਾਰੇ ਫਿਰ ਬੋਲ ਦਿਓ 98774044476 ਹੋਰ ਬੋਲਣਾ ਬਾਈ ਕਿਸੇ ਨੇ ਲੈ ਬੋਲ ਦਿਓ ਬਾਈ 84467 ਵੀਰੇ 12059 ਲੈ ਵੀ ਜੇ ਕਿਸੇ ਵੀ ਮੇਰੇ ਵੀਰ ਨੂੰ ਕੁਛ ਵੀ ਚਾਹੀਦਾ ਹੋਊ ਤਾਂ ਵੀਰ ਨਾਲ ਸੰਪਰਕ ਕਰ ਲਓ ਪਿੰਡ ਹੈਗਾ ਬਾਈ ਦਾ ਸੰਨਾ ਇੱਥੇ ਕੋਲ ਹੀ ਆ ਬਾਈ ਠੀਕ ਹੈ ਜੀ ਠੀਕ ਆ ਜੀ ਠੀਕ ਆ ਬਾਈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਬਾਈ ਜੀ ਧੰਨਵਾਦ